एप्पल देन जा रहा इन्हों आईफोन यूजर नू $150 तक का भुगतान। पेश है हरसुख टीवी USA की रिपोर्ट। जेकर तुहाडे कोल साल 2017 के दिसंबर महीने तो पहला दे आईफोन हन ਤਾਂ ਤੁਸੀਂ ਛੇਤੀ ਹੀ ਐਪਲ ਤੋਂ ਭੁਗਤਾਨ ਲਈ ਯੋਗ ਹੋ ਸਕਦੇ ਹੋ। ਜ਼ਿਕਰਯੋਗ ਹੈ ਕਿ ਕਲਾਸ ਐਕਸ਼ਨ ਮੁਕੱਦਮੇ ਦਾ ਨਿਪਟਾਰਾ ਕਰਨ ਲਈ ਐਪਲ ਨੇ $11 million ਤੋਂ ਵੱਧ ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਹੈ। ਇਹ ਨਿਪਟਾਰਾ ਕੁਝ ਖਾਸ iOS ਸੌਫਟਵੇਅਰ 'ਚ ਨੁਕਸ, ਕਾਰਗੁਜ਼ਾਰੀ ਘਟਣ ਦੇ ਦੋਸ਼ਾਂ ਜਿਵੇਂ ਸਮੇਂ ਤੋਂ ਪਹਿਲਾਂ ਫੋਨ ਦਾ ਬੁੱਢਾ ਹੋਣਾ ਅਤੇ ਅਚਾਨਕ ਬੰਦ ਹੋ ਜਾਣਾ ਅਤੇ ਬੈਟਰੀ ਕਾਰਗੁਜ਼ਾਰੀ ਸੰਬੰਧੀ ਸਮੱਸਿਆ ਨੂੰ ਲੈ ਕੇ ਹੈ। ਪ੍ਰਸਤਾਵਿਤ ਸਮਝੌਤੇ ਦੀਆਂ ਸ਼ਰਤਾਂ ਦਾ ਵੇਰਵਾ ਦੇਣ ਵਾਲੀ ਇੱਕ ਵੈਬਸਾਈਟ ਵਿੱਚ ਲਿਖਿਆ ਹੈ, ਇਹ ਸਮਝੌਤਾ ਐਪਲ ਵੱਲੋਂ ਜ਼ਿੰਮੇਵਾਰੀ, ਗਲਤ ਕੰਮ ਜਾਂ ਨੁਕਸ ਦੀ ਮਨਜ਼ੂਰੀ ਨਹੀਂ ਹੈ ਜੋ ਇਸ ਦੇ ਵਿਰੁੱਧ ਦੋਸ਼ਾਂ ਤੋਂ ਇਨਕਾਰ ਕਰਦਾ ਹੈ। ਤੀਜੀ ਧਿਰ ਦੇ ਪ੍ਰਸ਼ਾਸਕ EPIQ ਦੁਆਰਾ ਬਣਾਈ ਗਈ ਸਾਈਟ ਉਪਭੋਗਤਾਵਾਂ ਨੂੰ ਇਹ ਨਿਰਧਾਰਿਤ ਕਰਨ ਲਈ ਸਮਝੌਤੇ ਬਾਰੇ ਸ਼ੁਰੂਆਤੀ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਉਹ ਯੋਗ ਹਨ ਜਾਂ ਨਹੀਂ। ਇਹ ਕੇਸ BC ਦੀ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ ਜਿਸਨੇ ਅਜੇ ਤੱਕ ਨਿਪਟਾਰੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਕਿਊਬਿਕ ਤੋਂ ਬਾਹਰ ਦੇ ਕੈਨੇਡੀਅਨ ਜਿਨ੍ਹਾਂ ਕੋਲ ਹੇਠ ਲਿਖੀਆਂ ਡਿਵਾਈਸਿਸ ਹਨ ਉਹ ਪ੍ਰਤੀ ਫੋਨ $150 ਤੱਕ ਦੇ ਭੁਗਤਾਨ ਲਈ ਯੋਗ ਹੋ ਸਕਦੇ ਹਨ। ਇਹ ਐਪਲ ਆਈਫੋਨ 6, 6 Plus, 6S, 6S Plus, SE, iOS 10.2.1 ਜਾਂ ਇਸ ਤੋਂ ਬਾਅਦ ਵਾਲੇ 21 December 2017 ਤੋਂ ਪਹਿਲਾਂ ਸਥਾਪਿਤ ਜਾਂ ਡਾਊਨਲੋਡ ਕੀਤੇ ਗਏ ਫੋਨ ਹਨ। iOS 11.2 ਜਾਂ ਇਸ ਤੋਂ ਬਾਅਦ ਵਾਲੇ ਐਪਲ ਆਈਫੋਨ 7 ਜਾਂ 7 Plus 21 December 2017 ਤੋਂ ਪਹਿਲਾਂ ਸਥਾਪਿਤ ਜਾਂ ਡਾਊਨਲੋਡ ਕੀਤੇ ਗਏ ਫੋਨ ਬਾਰੇ BC ਦੀ ਸੁਪਰੀਮ ਕੋਰਟ 29 January ਨੂੰ ਨਿਪਟਾਰੇ ਨੂੰ ਮਨਜ਼ੂਰੀ ਦੇਣ ਬਾਰੇ ਫੈਸਲਾ ਕਰੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਲੋਕ ਕਲਾਸ ਐਕਸ਼ਨ ਮੁਕੱਦਮੇ ਦੇ ਮੈਂਬਰਾਂ ਵਜੋਂ ਆਨਲਾਈਨ ਅਰਜ਼ੀ ਦੇ ਸਕਣਗੇ।